ਤੀਜੇ ਪਾਤਸ਼ਾਹ ਪਾਣੀ ਨੂੰ ਕਿਹਾ ਇੱਕ ਦਿਨ, ਅਰਜਨ ਹੈ ਤੇਰਾ ਹੁਣ ਹਾਰ ਬਾਲਕ, ਸਾਡੀ ਪੱਗ ਦੀ ਰੱਖੂਗਾ ਲਾਜ ਇਹ ਤਾਂ, ਦੁਨੀਆਂ ਵਿੱਚ ਇਹ ਪਾਉ ਸਤਕਾਰ ਬਾਲਕ, ਰਹੂ ਸਦਾ ਹੀ ਰੱਬੀ ਰਜ਼ਾ ਅੰਦਰ, ਹੋਉ ਸ਼ਾਂਤੀ ਦਾ ਹੈ ਅਵਤਾਰ ਬਾਲਕ, ਘੋਰ ਸੰਕਟ ਦੇ ਦੁੱਖ ਮੁਸੀਬਤਾਂ ਨੂੰ ਖਿੜੇ ਮੱਥੇ ਅਲਉ ਸਹਾਰ ਬਾਲਕ। ਬਹਿਕੇ ਤੀਸਰੇ ਪਾਤਸ਼ਾਹ ਪਾਸ ਸੰਗਤਾਂ, ਸੁਣ ਰਹੀਆਂ ਸਨ ਦੀਨ ਦਿਆਲ ਤਾਈ, ਬਾਲ ਅਰਜਨ ਵੀ ਰਿੜਦੇ ਹੋਏ ਕੋਲ ਪਹੁੰਚੇ, ਗੁਰਾ ਲਿਆ ਸੀ ਗੋਦੀ ਵਿੱਚ ਲਾਲ ਤਾਈ, ਦੋਹਤਾ ਬਾਣੀ ਕਾ ਬੋਹਤਾ ਕਹਿ ਮੁਖੋਂ, ਵਰ ਦਿੱਤਾ ਸੀ ਨੰਨੇ ਜਿਹੇ ਬਾਲ ਤਾਈ, ਨਦਰੀ ਨਦਰ ਸੀ ਕਰ ਨਿਹਾਲ ਦਿੱਤਾ, ਭਾਈ ਜੇਠਾ ਦੇ ਨੋਹ ਨੇ ਹਾਲ ਤਾਈ। ਸਹਿਜ ਅਵਸਥਾ ਚ ਸ਼ੁਰੂ ਤੋਂ ਰਹੇ ਉਹ ਤਾਂ, ਰੱਬੀ ਰੰਗ ਚ ਰੰਗੇ ਸਨ ਬਾਲ ਅਰਜਨ, ਭਾਵੇਂ ਸਭ ਭਰਾਵਾਂ ਤੋਂ ਸਨ ਛੋਟੇ ਹੈ, ਪਰ ਸਭ ਤੋਂ ਚੰਗੇ ਸਨ ਬਾਲ ਅਰਜਨ। ਬਾਬਾ ਬੁੱਢਾ ਤੇ ਭਾਈ ਗੁਰਦਾਸ ਜੀ ਦੇ ਰਹੇ ਸਦਾ ਹੀ ਅੰਗ ਸੰਗੇ ਸਨ ਬਾਲ ਅਰਜਨ, ਪਰ ਪ੍ਰਿਥੀ ਚੰਦ ਦੇ ਸ਼ੁਰੂ ਤੋਂ ਈਰਖਾ ਦੇ ਜ਼ਹਿਰੀ ਡੰਗਾਂ ਨਾਲ ਡੰਗੇ ਸਨ ਬਾਲ ਅਰਜਨ। ਸਮੇ ਸਮੇ ਉੱਤੇ ਪੰਚਮ ਪਾਤਸ਼ਾਹ ਦੇ ਦੁੱਖ ਮੁਸੀਬਤਾਂ ਦੇ ਘੋਰ ਆਏ ਸੰਕਟ, ਗੱਦੀ ਬੈਠਣ ਤੋਂ ਪਹਿਲਾਂ ਹੀ ਕਈ ਵਾਰੀ ਗੁਰੂ ਦੋਖੀ ਸਨ ਕਈ ਲਿਆਏ ਸੰਕਟ, ਕੀਤੀ ਗਈ ਸੀ ਜਦੋਂ ਦਸਤਾਰ ਬੰਦੀ ਕਾਲੀ ਘਟਾ ਦੇ ਵੰਗ ਸਨ ਛਾਏ ਸੰਕਟ, ਪ੍ਰਿਥੀ ਚੰਦ ਨੇ ਚੱਲੀਆਂ ਸਦਾ ਚਾਲਾਂ, ਛੋਟੇ ਭਾਈ ਦੇ ਗੱਲ ਪੁਆਏ ਸੰਕਟ। ਜ਼ਿੰਮੇਵਾਰੀ ਗੁਰਿਆਈ ਦੀ ਮਿਲੀ ਉਹਨੂੰ, ਗੁਰੂ ਨਜ਼ਰ ਚ ਹੋਇਆ ਪ੍ਰਵਾਨ ਜਿਹੜਾ, ਕਵਲ ਫੁੱਲ ਦੇ ਵੰਗ ਨਿਰਲੇਪ ਰਹਿ ਕੇ, ਗ੍ਰਿਹਸਥੀ ਜੀਵਨ ਚ ਪੂਰਨ ਇਨਸਾਨ ਜਿਹੜਾ, ਸੇਵਾ ਸਿਮਰਨ ਨੂੰ ਜੀਵਨ ਦੇ ਵਿੱਚ ਧਾਰੇ, ਗੁਣਾ ਨਾਲ ਭਰਪੂਰ ਗੁਣਵਾਨ ਜਿਹੜਾ, ਹਰ ਇੱਕ ਨੂੰ ਵਿਰਸੇ ਚ ਨਹੀਂ ਮਿਲਦਾ, ਗੁਰੂ ਅਰਜਨ ਨੂੰ ਮਿਲਿਆ ਸਨਮਾਨ ਜਿਹੜਾ। ਗੁਰੂ ਨਾਨਕ ਦੀ ਗੱਦੀ ਤੇ ਬੈਠ ਕੇ ਤੇ ਕਰਦੇ ਗੁਰਮਤ ਦਾ ਰਹੇ ਪ੍ਰਚਾਰ ਸਤਿਗੁਰ, ਚੜ ਪੈਂਦਾ ਗਿਆਨ ਦਾ ਕੋਈ ਸੂਰਜ, ਕਰਦੇ ਸੰਗਤ ਨਾਲ ਜਦੋਂ ਵਿਚਾਰ ਸਤਿਗੁਰ, ਸੁੱਚੀ ਕਿਰਤ ਵਿੱਚ ਅੰਮ੍ਰਿਤ ਦੇ ਘੂਟੇ ਹੁੰਦੇ, ਸੁੱਚੀ ਕਿਰਤ ਚ ਅੰਮ੍ਰਿਤ ਦੇ ਘੂਟੇ ਹੁੰਦੇ, ਕਹਿੰਦੇ ਸੰਗਤਾਂ ਨੂੰ ਬਾਰੰਬਾਰ ਸਤਿਗੁਰ, ਕਰਨੇ ਚਾਹੀਦੇ ਸੇਵਾ ਨਾਲ ਹੱਥ ਸੁੱਚੇ, ਜਾਚਕ ਕਹਿੰਦੇ ਸਨ ਪੰਚਮ ਦਾਤਾਰ ਸਤਿਗੁਰ, ਇਹ ਕਹਿੰਦੇ ਸਨ ਪੰਚਮ ਦਾਤਾਰ ਸਤਿਗੁਰ। ਦੋਸਤੋ, ਇਹ ਸੀ ਗੁਰੂ ਅਰਜਨ ਦੇਵ ਜੀ ਦੇ ਜੀਵਨ ਉੱਤੇ ਕਵਿਤਾ, ਤੇ ਇਹ ਕਵਿਤਾ ਡਾਕਟਰ ਹਰੀ ਸਿੰਘ ਜਾਚਕ ਜੀ ਦੁਆਰਾ ਲਿਖੀ ਹੋਈ ਹੈ। ਜੇਕਰ ਤੁਹਾਨੂੰ ਪਸੰਦ ਆਵੇ ਤਾਂ ਇਹਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰ ਦਿਓ, ਤੇ ਨਾਲ ਹੀ ਸਾਡੇ ਆਪਣੇ ਚੈਨਲ ਮਾਝਾ ਮਾਲਵਾ ਟੀਵੀ ਨੂੰ ਸਬਸਕ੍ਰਾਈਬ ਵੀ ਕਰ ਲਿਓ। ਧੰਨਵਾਦ।